ਚੋਣਾਂ ਦੇ ਮੱਦੇਨਜ਼ਰ ਜਿਹੜਾ ਹੈਗਾ ਅੱਜ ਪਹਿਲੇ ਗੇੜ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਇੰਡੀਆ ਦੇ ਵਿੱਚ ਕੁਛ ਕੁ ਸਟੇਟਾਂ ਵਿੱਚ ਸ਼ੁਰੂ ਹੋ ਗਈਆਂ ਨੇ ਅਤੇ ਇਸੇ ਤਰ੍ਹਾਂ ਆਪਣੇ ਸਟੇਟ ਦੇ ਵਿੱਚ ਲਾਸਟ ਜਿਹੜੀਆਂ ਗੇੜ ਦੀਆਂ ਚੋਣਾਂ ਨੇ ਉਸੇ ਸੰਬੰਧ 'ਚ SSP ਅਮਰੇਲ ਕੋਲਾ ਜਿਹੜੇ ਹੈਗੇ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦਾ ਜਿਹੜਾ ਹੈਗਾ ਆਸ਼ੀਰਵਾਦ ਨਾਲ ਜਿਹੜਾ ਹੈਗਾ ਅਸੀਂ ਮਾਰਚ ਪਾਸਟ ਕਰ ਰਹੇ ਹੈਗੇ ਹਾਂ ਅਤੇ ਇਹਦੇ ਵਿੱਚ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ ਕਿ ਅਸੀਂ ਹਰ ਟਾਈਮ ਹਰ ਇੱਕ ਸਥਿਤੀ ਨਾਲ ਝੁੰਝਣ ਲਈ ਤਿਆਰ ਹਾਂ, ਤਤਪਰ ਹਾਂ, ਅਸੀਂ ਪਬਲਿਕ ਦੇ ਲਈ ਹਰ ਟਾਈਮ ਹਾਜ਼ਰ ਹਾਂ ਅਤੇ ਜਿਹੜੇ ਮਾੜੇ ਅਨਸਰ ਹੈ ਜਿਸ ਤਰ੍ਹਾਂ ਵੀ ਉਹ ਸੋਚਦੇ ਨੇ ਕਿ ਅਸੀਂ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਆਪਣੀ ਜਿਹੜੀ ਕੀ ਹੈ ਕਾਰਗੁਜ਼ਾਰੀ ਦਿਖਾਉਣੀ ਹੈ ਉਹ ਅਲਰਟ ਹੋ ਜਾਣ, ਇਸ ਤਰ੍ਹਾਂ ਦੀ ਕੋਈ ਵੀ ਗੱਲ ਅਸੀਂ ਨਾ ਹੋਣ ਦੇਣੀ ਨਾ ਕਰਨੀ ਹੈ, ਪਬਲਿਕ ਸਾਡੇ ਨਾਲ ਸਾਡਾ ਸਾਥ ਦੇਵੇ, ਅਸੀਂ ਪਬਲਿਕ ਦਾ ਸਾਥ ਦੇਵਾਂਗੇ। ਕਿੰਨੇ ਕੁ ਮਾੜੇ ਅਨਸਰ ਆਪਾਂ ਅੰਦਰ ਕੀਤੇ ਨੇ? ਉਹ ਇਸ ਤਰ੍ਹਾਂ ਕਿ ਜੋ ਵੀ ਹੁਣ ਤੱਕ ਤੁਸੀਂ ਦੇਖਿਆ ਹੀ ਆ, ਪਹਿਲਾਂ ਤੁਹਾਡੇ ਧਿਆਨ 'ਚ ਹੈਗਾ ਕਿ ਦਰਜਾ ਬਦਰਜਾ ਜਦੋਂ ਵੀ ਕੋਈ ਵੀ ਕਿਸੇ SHO ਦੇ ਲੈਵਲ ਦੀ ਕਮੇਟੀ ਬਣਾ ਕੇ ਜਾਂ DSP ਦੇ ਲੈਵਲ ਦੀ ਅਸੀਂ ਬਣਾ ਕੇ ਅਤੇ ਅਸੀਂ ਜਿਹੜਾ ਹੈਗਾ ਰੇਡ ਜਿਹੜਾ PO ਨੂੰ ਅਸੀਂ ਅਰੈਸਟ ਕੀਤਾ ਵੀ ਹੈ ਔਰ ਕੁਛ ਕਰ ਵੀ ਰਹੇ ਹਾਂ, ਸਾਡੀ ਪਲਾਨਿੰਗ ਹੈਗੀ ਹੈ, ਜਦੋਂ ਵੀ ਸਾਡੇ 'ਤੇ ਕੋਈ ਧਿਆਨ 'ਚ ਆਉਂਦਾ ਹੈਗਾ ਨਾਲ ਦੇ ਨਾਲ ਅਸੀਂ ਆਪਣੀ ਕਾਰਵਾਈ ਕਰਦੇ ਹਾਂ। ਕੀ ਕਹੋਗੇ ਮਲੇਰਕੋਟਲਾ ਦੀ ਆਵਾਮ ਨੂੰ ਬਗੈਰ ਡਰਪੋਕ ਤੇ ਵੋਟ? ਬਿਲਕੁਲ ਜੀ ਬਿਲਕੁਲ, ਅਸੀਂ ਪਹਿਲਾਂ ਵੀ ਕਹਿੰਦੇ ਹਾਂ ਅੱਜ ਵੀ ਕਹਿੰਦੇ ਹਾਂ ਕਿ ਕਿਸੇ ਵੀ ਡਰਨ ਦੀ ਕਿਸੇ ਨੂੰ ਵੀ ਲੋੜ ਨਹੀਂ ਹੈ, ਕਿਸੇ ਵੀ ਤਰ੍ਹਾਂ ਨਾਲ ਕਦੋਂ ਵੀ ਐਨੀ ਟਾਈਮ ਜ਼ਰੂਰਤ ਹੈ ਸਾਰਿਆਂ ਨੂੰ, ਪੁਲਿਸ ਜਿਹੜੀ ਹੈਲਪਲਾਈਨ ਦੇ ਨੰਬਰ ਪਤਾ ਹੈਗਾ, SSP ਦਾ ਆਫਿਸ ਪਤਾ ਹੈਗਾ ਅਤੇ ਜਦੋਂ ਵੀ ਸਾਡੇ ਹੈਗੇ ਆ ਹਰ ਟਾਈਮ ERV ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜੀਆਂ ਘੁੰਮਦੀਆਂ ਨਜ਼ਰ ਆਉਂਦੀਆਂ ਤੁਸੀਂ ਵੀ ਦੇਖਦੇ ਹੋ, ਕਦੋਂ ਵੀ ਕਿਸੇ ਵੀ ਸਮੇਂ ਵਿਦਿਨ 10-15 ਮਿੰਟਸ ਵਿੱਚ ਜਿਹੜੀ ਹੈਗੀ ਆ ERV ਦਾ ਰਿਸਪੋਂਸ ਟਾਈਮ ਹੈ ਉਸੇ ਟਾਈਮ ਪਹੁੰਚਦੀ ਹੈ ਅਤੇ ਪਬਲਿਕ ਨੂੰ ਹਰ ਹਾਲਤ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਜਿਹੜੀ ਮੁਹੱਈਆ ਕਰਵਾਈ ਜਾਂਦੀ ਹੈ। ਸਪਲਾਇਰ ਹੋਵੇ ਇਹਨਾਂ ਦਾ ਜਿਹੜਾ ਵੀ ਇੱਦਾਂ ਦਾ? ਦੇਖੋ ਕੁਛ ਤਾਂ ਅਸੀਂ ਫੜ ਰਹੇ ਹਾਂ ਅਤੇ ਕੁਛ ਅਸੀਂ ਸਾਡੇ ਧਿਆਨ 'ਚ ਹੈਗਾ, ਅਸੀਂ ਲੱਗੇ ਹੋਏ ਹਾਂ ਅਤੇ ਜਲਦ ਹੀ ਜਦੋਂ ਕੋਈ ਨਾ ਕੋਈ ਕਾਰਵਾਈ ਸੀ। ਰਡਾਰ 'ਤੇ ਸਰ? ਰਡਾਰ 'ਤੇ ਨੇ ਤੁਹਾਡੇ? ਬਿਲਕੁਲ ਰਡਾਰ 'ਤੇ ਨੇ ਜੀ, ਜਦੋਂ ਵੀ ਸਾਨੂੰ ਅਸੀਂ ਟਰੇਸ ਕਰ ਰਹੇ ਹਾਂ ਅਸੀਂ ਬਖਸ਼ਾਂਗੇ ਨੇ ਕਿਸੇ ਨੂੰ ਵੀ, ਅਤੇ ਇਸੇ ਤਰ੍ਹਾਂ ਜਿਵੇਂ ਅੱਜ ਫਲੈਗ ਮਾਰਚ ਇੱਥੇ ਕੀਤੀ ਜਾ ਰਹੀ ਹੈ SSP ਦੇ ਹੁਕਮਾਂ ਨਾਲ, ਸਬ ਡਿਵੀਜ਼ਨ ਅਹਿਮਦਗੜ੍ਹ ਔਰ ਅਮਰਗੜ੍ਹ ਵੀ ਉੱਥੇ ਜਿਹੜੇ DSP ਸਾਹਿਬਾਨ ਸਬ ਡਿਵੀਜ਼ਨ ਦੇ ਨੇ ਉਹ ਵੀ ਜਿਹੜੀ ਕਰ ਰਹੇ। ਮੈਡਮ ਕੋਈ ਇੱਦਾਂ ਦੀ ਗੱਲਾਂ ਵੀ ਆ ਰਹੀਆਂ ਕਿ ਸਿਆਸੀ ਜਿਹੜੀਆਂ ਬੇਟਕਾਂ ਹੋ ਰਹੀਆਂ ਉਹਦੇ ਵਿੱਚ ਕੋਈ ਇੱਦਾਂ ਦੇ ਭਾਸ਼ਣ ਦਿੱਤੇ ਜਾ ਰਹੇ ਜਿਹਦੇ ਕਿ ਸਮਾਜ ਨੂੰ ਸਾਡੇ 'ਤੇ ਸਾਡੇ ਅਮਨ ਦੇ ਸ਼ਹਿਰ ਨੂੰ ਭੜਕਾਊ ਭਾਸ਼ਣ ਹੋ ਰਹੇ, ਉਹਨਾਂ ਦੇ ਬਾਰੇ ਤੁਹਾਡੀ ਇੰਟੈਲੀਜੈਂਸ ਕੀ ਕਰ ਰਹੀ ਹੈ? ਦੇਖੋ ਸਾਡਾ ਪੂਰਾ ਜਿਹੜਾ ਹੈਗਾ ਧਿਆਨ ਹੈਗਾ ਇਹਨਾਂ ਗੱਲਾਂ 'ਤੇ, ਜਦੋਂ ਵੀ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਜਾਂ ਧਿਆਨ 'ਚ ਆਊਗਾ ਅਤੇ ਜੋ ਵੀ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਜੋ ਵੀ ਹਦਾਇਤਾਂ ਮੁਤਾਬਕ ਲੋਕ ਸਭਾ ਦੇ ਚੋਣਾਂ ਦੌਰਾਨ ਜੋ ਵੀ ਐਕਸ਼ਨ ਲੈਣ ਦੀ ਕੋਈ ਸਾਡੀ ਹੋਏਗੀ ਅਸੀਂ ਜ਼ਰੂਰ ਲਵਾਂਗੇ।